ਸਭ ਤੋਂ ਪਹਿਲਾਂ ਤਾਂ ਜੀ ਇਸ ਦੁਖਦਾਈ ਮੌਕੇ 'ਤੇ ਮੈਂ ਬੜੀ ਸਤਿਕਾਰਯੋਗ ਜਿਨ੍ਹਾਂ ਨੇ ਦੇਸ਼ ਦੀ ਬੜੀ ਵੱਡੀ ਸੇਵਾ ਕੀਤੀ ਹੈ, ਪ੍ਰਦੀਪ ਸਿੰਘ ਜਹੇਦਾਰ ਸਾਹਿਬ ਦੇ ਬਜ਼ੁਰਗਾਂ ਨਾਲ, ਸਾਡੇ ਲੈਫਟੀਨੈਂਟ ਗੁਰਬਖਸ਼ ਸਿੰਘ ਜੀ 31 ਸਾਲ ਦੀ ਸੇਵਾ ਜੀ ਉਹਨਾਂ ਦੀ ਫੌਜ 'ਚ ਅੱਜ ਵੀ ਸੇਵਾ ਨਿਭਾ ਰਹੇ, ਉਹਨਾਂ ਦੇ ਤਾਇਆ ਜੀ ਹਵਲਦਾਰ ਗੁਰਦਿਆਲ ਸਿੰਘ ਹੋਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ। 24 ਸਾਲ ਦੀ ਇੱਕ ਛੋਟੀ ਉਮਰ 'ਚ ਇਕੱਲੇ ਇਕੱਲੇ ਬੱਚੇ ਨੂੰ ਗਵਾ ਲੈਣਾ ਬਹੁਤ ਹੀ ਦੁਖਦਾਈ ਗੱਲ। ਮੈਂ ਕਦੇ ਪ੍ਰਦੀਪ ਸਿੰਘ ਨੂੰ ਆਪ ਤਾਂ ਨਹੀਂ ਮਿਲਿਆ, ਮਗਰ ਜੋ ਇਹ ਵੀਡੀਓ ਵੇਖੀ ਉਸ ਦਿਨ 'ਤੇ ਮੇਰੇ ਮਨ 'ਤੇ ਬੜਾ ਅਸਰ ਹੋਇਆ ਕਿ ਅਸੀਂ ਸਾਰੇ ਧੀਆਂ ਪੁੱਤਾਂ ਨੂੰ, ਔਰ ਵੇਖੋ ਇਹ ਬੱਚਾ ਕਨੇਡਾ 'ਚ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਗੁਰੂ ਦੀਆਂ ਲਾਡਲੀ ਫੌਜਾਂ ਦਾ ਸਤਿਕਾਰ ਵਜੋਂ ਹਰ ਗੁਰੂ ਘਰ ਦਾ ਕੋਈ ਪ੍ਰੋਗਰਾਮ ਸਮਾਗਮ ਹੁੰਦਾ ਸੀ ਉਹਦੇ 'ਚ ਵੱਧ ਚੜ੍ਹ ਕੇ ਯੋਗਦਾਨ ਹਿੱਸਾ ਪਾਉਂਦਾ ਸੀ। ਔਰ ਮੈਨੂੰ ਉਹਨਾਂ ਨੇ 16 'ਚ ਗਿਆ, 17, 18 ਤੋਂ ਇਹਦੀਆਂ ਫੋਟੋਆਂ ਵਿਖਾਈਆਂ ਨੇ। ਹਮੇਸ਼ਾ ਬਾਹਰ ਵੀ ਕਨੇਡਾ 'ਚ ਵੀ ਉਹਨੂੰ ਮਾਣ ਸੀ ਨਿਹੰਗ ਸਿੰਘ ਦੇ ਬਾਣੇ ਦਾ, ਗੁਰੂ ਦੀਆਂ ਲਾਡਲੀ ਫੌਜਾਂ ਦਾ ਸਤਿਕਾਰ ਵਜੋਂ ਉਹਦਾ ਜੋ ਸੋਚ ਸੀ ਉਹ ਸਾਹਮਣੇ ਝਲਕਦੀ ਸੀ। ਔਰ ਐਤਕੀ ਉਹਨੇ ਕਹਿੰਦੇ ਪਿਛਲੇ ਸਾਲ ਇਹ ਪ੍ਰਣ ਕੀਤਾ ਸੀਗਾ ਕਿ ਜੀ ਹੋਲੇ ਮਹੱਲੇ ਦੇ ਦਿਨ ਮੈਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਾ ਕੇ ਨਤਮਸਤਕ ਹੋਊਂ। ਬੜੀ ਭਾਵਨਾ ਨਾਲ, ਬੜੇ ਸਤਿਕਾਰ ਨਾਲ ਉੱਥੋਂ ਆਇਆ, ਬੜੀ ਭਾਵਨਾ ਅਤੇ ਸਤਿਕਾਰ ਨਾਲ ਆਪਦੇ ਪਿੰਡੋਂ ਆਪਣੇ ਮਾਤਾ ਪਿਤਾ ਦੀ ਅਸੀਸ ਲੈ ਕੇ ਖਾਲਸਾ ਪੰਥ ਦੀ ਉਸ ਪਵਿੱਤਰ ਧਰਤੀ 'ਤੇ, ਜਨਮ ਭੂਮੀ 'ਤੇ ਗਿਆ। ਔਰ ਉੱਥੇ ਅੱਜ ਉਹਨਾਂ ਸਾਰੇ ਪੰਜਾਬੀਆਂ ਨੂੰ ਮੈਂ ਸਵਾਲ ਪੁੱਛਦਾ ਕਿ ਅੱਜ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਕਿ ਉਹਨੇ ਗੱਲ ਕਿਹੜੀ ਤੋਂ ਰੋਕਿਆ ਲੋਕ, ਕਿ ਤੁਸੀਂ ਰੱਬ ਰੱਬ ਕਰਨ ਵਾਸਤੇ ਆਏ ਹੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਹੋ, ਗੁਰੂ ਦੇ ਰੰਗ 'ਚ ਰਹੋ, ਲੱਚਰ ਗੀਤਾਂ ਦਾ ਸਹਾਰਾ ਨਾ ਕਰੋ। ਉਹਨੇ ਫਿਰ ਹੌਕਾ ਰੱਬ ਦਾ ਦਿੱਤਾ, ਫਿਰ ਹੌਕਾ ਸੱਚ ਦਾ ਦਿੱਤਾ, ਗੁਰੂ ਵਾਲੇ ਰਸਤੇ ਚਲਾਉਣ ਦਾ ਦਿੱਤਾ, ਅਤੇ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਲਾਅ ਐਂਡ ਆਰਡਰ ਦਾ ਐਡਾ ਵੱਡਾ ਫੇਲੀਅਰ ਹੈ ਕਿ ਦੇਖੋ ਇਹ ਸਰਕਾਰਾਂ ਇੱਕ ਪਾਸੇ ਤਾਂ ਕਹਿੰਦੀਆਂ ਜੀ ਕਿ ਮੈਂ ਪੋਲੀਟਿਕਸ ਨਹੀਂ ਕਰਨਾ ਚਾਹੁੰਦਾ ਸੀ, ਮਗਰ ਮੇਰੇ ਮਨ 'ਚ ਹੀ ਸਵਾਲ ਖੜ੍ਹਾ ਹੁੰਦਾ ਕਿ ਤੁਸੀਂ ਵਿਧਾਨ ਸਭਾ 'ਚ ਤਾਂ ਭਾਸ਼ਣ ਕਰਦੇ ਹੋ ਕਿ ਅਸੀਂ ਜੀ ਲੱਚਰ ਗੀਤ ਜਿੰਨੇ ਆ ਬੈਨ ਕਰਤੇ, ਬੰਦ ਕਰਤੇ, ਜਾਂ ਲੋਕਾਂ ਨੂੰ ਵੈਪਨ ਕੈਰੀ ਕਰਨ ਤੋਂ ਰੋਕਤਾ। ਅਸਲੀਅਤ ਆ ਸਾਹਮਣੇ ਆ ਜੀ, ਪ੍ਰਦੀਪ ਸਿੰਘ ਜੀ ਨੇ ਉਹੀ ਕੰਮ ਕੀਤਾ ਜੋ ਮੁੱਖ ਮੰਤਰੀ ਕਹਿੰਦਾ ਸੀ। ਉਹਨੇ ਇਹ ਕਿਹਾ ਭਾਈ ਪਵਿੱਤਰ ਧਰਤੀ 'ਤੇ ਆਏ ਹੋ, ਗੱਲ ਗੁਰੂ ਦੀ ਕਰੋ, ਗੱਲ ਉਸਤਤ ਗੁਰੂ ਦੀ ਕਰੋ, ਗੁਰੂ ਦੇ ਰੰਗ 'ਚ ਰੰਗੋ। ਔਰ ਉਹ ਰੋਕਣ ਵਾਸਤੇ ਅੱਜ ਉਹਦੀ ਜਾਨ ਚਲੀ ਗਈ। ਕੀ ਜਵਾਬ ਦੇਣਗੇ ਜੀ ਭਗਵੰਤ ਮਾਨ ਜੀ, ਅੱਜ ਕੀ ਜਵਾਬ ਦੇਣਗੇ ਇੱਕ ਸਾਡੇ ਫੌਜੀ ਵੀਰ ਨੂੰ, ਉਹਦੀ ਮਾਤਾ ਨੂੰ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਸਾਰੀ ਉਮਰ ਹੀ, ਸਾਰੇ ਪਰਿਵਾਰ ਨੇ ਦੇਸ਼ ਦੀ ਸੇਵਾ ਕੀਤੀ। ਔਰ ਇਹ ਜੋ ਉੱਥੇ ਰੰਗਤ ਦਿੱਤੀ ਜਾ ਰਹੀ ਹੈ ਜੀ ਕਿ ਇਹਨੇ ਕੋਈ ਵਾਅਦਾ ਕੀਤਾ, ਇਹਨੇ ਕੋਈ ਵਾਅਦਾ ਨਹੀਂ ਕੀਤਾ। ਮੈਂ ਵੀ ਇਹਦੀ ਥਾਂ ਹੁੰਦਾ, ਅਸੀਂ ਤਾਂ ਕਮਜ਼ੋਰ ਦੇ ਨਾਲ ਭਾਈ ਸਾਡੇ 'ਚੋਂ ਕਈ ਵੇਖਦੇ ਹਾਂ, ਅਸੀਂ ਚੁੱਪ ਕਰ ਜਾਂਦੇ ਕਿ ਇਹਨਾਂ ਨੂੰ ਕੌਣ ਸਮਝਾਵੇ। ਇਹਨੇ ਹੌਸਲਾ ਕਰ ਲਿਆ, ਜਿਗਰਾ ਕਰ ਲਿਆ, ਔਰ ਸਹੀ ਗੱਲ ਕਰਨ ਦਾ ਇਹ ਇਲਜ਼ਾਮ ਹੋ ਗਿਆ। ਮੈਂ ਤਾਂ ਅੱਜ ਹੱਥ ਜੋੜ ਕੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ, ਸਭ ਨੂੰ, ਭਰਾਵਾਂ ਭੈਣਾਂ ਨੂੰ, ਕਿ ਤੁਸੀਂ ਇੰਨਾ ਖਰਚਾ ਕਰ ਕਰਕੇ ਵੇਖੀਦਾ ਟਰੈਕਟਰ ਟਰਾਲੀ ਜਾ ਰਹੇ, ਮਗਰ ਜੇ ਭਾਵਨਾ ਸਾਰੇ ਨਹੀਂ ਮਾੜੇ, ਮਗਰ ਕਈ ਜਿਨ੍ਹਾਂ ਨੇ ਇੱਕ ਉਹ ਬਣਾ ਲਿਆ ਕਿ ਆਊਟਿੰਗ ਹੈ ਭਾਈ, ਜੇ ਉਸ ਧਰਤੀ 'ਤੇ ਜਾਣਾ ਤਾਂ ਰੱਬ ਰੱਬ ਕਰਦੇ ਜਾਓ, ਭੁੱਲਾਂ ਬਖਸ਼ਾਓ ਅਤੇ ਰੱਬ ਰੱਬ ਕਰਦੇ ਆਓ, ਗੁਰੂ ਦੀ ਖੁਸ਼ੀਆਂ, ਗੁਰੂ ਦੀ ਅਸੀਸਾਂ ਲੈ ਕੇ ਆਈਏ। ਇਹ ਦੱਸੋ ਕੀ ਜਾ ਕੇ ਦੱਸਾਂਗੇ ਕਿ ਜਿਹੜੇ ਉਸ ਦਿਨ ਮੌਕੇ 'ਤੇ, ਜਿਹੜੇ ਮੌਕੇ 'ਤੇ ਖਲੋਤੇ ਸਨ, ਕਿ ਇਹ ਬੱਚਾ ਕਨੇਡਾ ਤੋਂ ਆਇਆ, ਸੱਤ ਸਮੁੰਦਰ ਪਾਰ ਤੋਂ ਗੁਰੂ ਦੀ ਬਖਸ਼ਿਸ਼ਾਂ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਇਆ ਅਤੇ ਗੁਰੂ ਦੀ ਗੱਲ ਕੀਤੀ ਅਤੇ ਉਹਨੂੰ ਮਾਰਤਾ ਗਿਆ। ਔਰ ਅੱਜ ਤੱਕ ਕੋਈ ਨਾ ਅਰੈਸਟ, ਇੱਕ ਬੰਦਾ ਅਰੈਸਟ ਹੋਇਆ, ਹੋਰ ਹੀ ਕਹਾਣੀਆਂ ਪਾਉਣੀ ਸ਼ੁਰੂ ਕਰਤੀ ਇਹਨੇ ਤਾਂ ਜੀ, ਹੁਣ ਪਾਇਆ ਸੀ। ਔਰ ਜੇ ਇਹ ਲੜਾਕਾ ਸੀ ਜਾਂ ਕੁਛ ਸੀ ਤਾਂ ਵਿਚਾਰਾ ਇਕੱਲਾ ਜਾਂਦਾ ਜੀ, ਅਤੇ ਪਿੰਡੋਂ ਇਕੱਲਾ ਗਿਆ।
ਉੱਥੇ ਵੀ ਇਕੱਲਾ ਸੀ। ਮਤਲਬ ਕੋਈ ਮਨ 'ਚ ਇਹੋ ਜਿਹੀ ਕੋਈ ਭਾਵਨਾ ਹੀ ਨਹੀਂ ਸੀ ਕਿ ਮੈਂ ਕੋਈ ਵਾਧਾ ਘਾਟਾ ਕਰਨਾ, ਔਰ ਗੁਰੂ ਦਾ ਸਿੱਖ ਇਹੋ ਜਿਹੀ ਗੱਲ ਜਾਂ ਸੋਚ ਵੀ ਨਹੀਂ ਸਕਦਾ। ਨਿਹੱਤਿਆ 'ਤੇ ਵਾਰ ਕਰਨਾ ਗੁਰੂ ਦੇ ਸਿੱਖ ਨੂੰ ਹੈ ਹੀ ਨਹੀਂ। ਔਰ ਇਹਨੇ ਭਾਵਨਾ ਸੀ, ਸਤਿਕਾਰ ਸੀ, ਗੁਰੂ ਨੂੰ ਖੁਸ਼ੀਆਂ ਲੈਣ ਗਿਆ ਸੀਗਾ, ਔਰ ਰਿਜ਼ਲਟ ਕੀ ਨਿਕਲਿਆ। ਇਸ ਲਈ ਸਰਕਾਰਾਂ ਨੂੰ ਜਿੱਥੇ ਲੋਅ ਐਂਡ ਆਰਡਰ ਦਾ ਫੇਲੀਅਰ ਹੈ, ਉੱਥੇ ਆਪਾਂ ਪੰਜਾਬੀਆਂ ਨੂੰ ਵੀ ਮੈਂ ਬਲੇਮ ਕਰਦਾ। ਸਾਨੂੰ ਸਭ ਨੂੰ ਸੋਚਣਾ ਪੈਣਾ ਕਿ ਭਾਈ ਜਦੋਂ ਮਾਪੇ ਆਪਦੇ ਨਿਆਣਿਆਂ ਨੂੰ ਜਾਂ ਨਿਆਣਿਆਂ ਨੂੰ ਬੇਨਤੀ ਆ, ਨੌਜਵਾਨਾਂ ਨੂੰ ਬੇਨਤੀ ਆ ਕਿ ਭਾਈ ਜਦ ਜਾਂਦੇ ਹੋ ਰੱਬ ਰੱਬ ਕਰਦੇ ਜਾਓ, ਰੱਬ ਰੱਬ ਕਰਦੇ ਆਓ, ਅਤੇ ਜਿਹੜਾ ਇਹ ਉੱਚੀ ਸਾਰੀ ਡੈਕ ਲਾ ਕੇ ਜਾਣਾ, ਮਤਲਬ ਮਾਹੌਲ ਹੋਰ ਬਣਾਉਣਾ, ਇਹ ਕੰਮ ਹੈ ਹੀ ਨਹੀਂ ਇਸ ਕੰਮ ਨੂੰ। ਵੀਰ ਸਿੰਘ ਸਾਹਿਬ, ਲੱਗਦਾ ਨਹੀਂ ਕਿ ਨੌਜਵਾਨ ਪੀੜ੍ਹੀ ਜਿਸ ਰਾਹ ਚੱਲ ਪਈ ਆ, ਅੱਗੇ ਚੱਲ ਕੇ ਸਾਡੀ ਆਪਣੀ ਕੌਮ ਦਾ ਜ਼ਿਆਦਾ ਨੁਕਸਾਨ ਹੋਏਗਾ? ਦੇਖੋ ਜੀ, ਅੱਜ ਦਾ ਰਿਜ਼ਲਟ ਤੁਸੀਂ ਮੈਨੂੰ ਇਹ ਸਾਰੀ ਚੀਜ਼ ਦਾ ਰਿਜ਼ਲਟ ਕੀ ਹੈ? ਸਾਨੂੰ ਨਮੋਸ਼ੀ ਹੈ, ਸਭ ਨੂੰ ਨਮੋਸ਼ੀ ਹੈ, ਅਸੀਂ ਸਭ ਹੀ ਫੇਲ ਹੋਏ ਹਾਂ। ਇਹ ਫੇਲੀਅਰ ਸਾਡਾ ਸਭ ਕਲੈਕਟਿਵ ਮੈਂ ਤਾਂ ਕਹਿੰਦਾ ਫੇਲੀਅਰ। ਦੇਖੋ, ਪ੍ਰਸ਼ਾਸਨ ਦਾ ਫੇਲੀਅਰ ਹੈ, ਸਰਕਾਰ ਦਾ ਫੇਲੀਅਰ, ਉਹ ਛੱਡ ਦਿਓ, ਮਗਰ ਜੇ ਆਪਾਂ ਹੀ ਬੰਦੇ ਬਣੇ ਹੁੰਦੇ ਸਭ, ਤਾਂ ਇਹ ਨਾ ਹਾਲਾਤ ਪੈਦਾ ਹੁੰਦੇ। ਜਿਹੜਾ ਕੋਈ ਪਿੰਡੋਂ ਚੱਲਦਾ, ਜਿਹਨੇ ਆਪਣੇ ਟਰੈਕਟਰ ਟਰਾਲੀ ਨੂੰ ਸ਼ਿੰਗਾਰਿਆ ਅਤੇ ਗੀਤ ਹੋਰ ਲਾਇਆ, ਭਾਈ ਇੱਥੇ ਹੀ ਰੋਕ ਲਓ ਪਿੰਡ ਦੀ ਦੂਰ 'ਤੇ ਕਿ ਭਾਈ ਜਾਏ ਦਾ ਫਾਇਦਾ ਕੀ ਆ। ਗਏ ਤਾਂ ਗੁਰੂ ਦੀ ਖੁਸ਼ੀਆਂ ਲੈਣ ਹੋ ਨਾ, ਗੁਰੂ ਦੀ ਬਖਸ਼ਿਸ਼ਾਂ ਲੈਣ ਹੋ, ਅਤੇ ਇਸ ਤਰ੍ਹਾਂ ਮਿਲ ਜਾਣੀ ਹੈ। ਗੁਰੂ ਸਾਹਿਬ ਜੀ ਰੰਗ 'ਚ ਹੀ ਰਹੋ।